ਜਾਂ ਇਹਦੇ ਅਰਥ ਕਰਕੇ ਦੱਸਣ, ਜਾਂ ਜੋ ਅਰਥ ਕੀਤੇ ਨੇ ਇਹ ਕਹਿਣ ਵੀ ਇਹ ਗਲਤ ਨੇ। ਪਰ ਲੋੜ ਨਹੀਂ ਨਾ ਹੈ, ਗੱਲ ਤਾਂ ਉਹੀ ਕਬੀਰ ਨੇ ਕਹਿਤੀ, ਇਹਨਾਂ ਨੂੰ ਲੋੜ ਨਹੀਂ, ਲੋੜ ਕਿਸੇ ਨੂੰ ਨਹੀਂ ਹੈ ਸੱਚ ਦੀ। ਰੌਲਾ ਪਾਉਂਦੇ ਨੇ ਸੱਚ ਦਾ, ਰੌਲਾ ਜੇ ਨਾ ਪਾਉਣ ਤਾਂ ਲੋਕਾਂ ਨੂੰ ਵਿਸ਼ਵਾਸ ਕਿਵੇਂ ਦਿਉਣ, ਅਸੀਂ ਧਾਰਮਿਕ ਬੰਦੇ ਹਾਂ। ਇਹ ਰੌਲਾ ਤਾਂ ਇਸ ਕਰਕੇ ਹੈ, ਡਰਾਮੇਬਾਜ਼ੀ ਇਸ ਕਰਕੇ ਹੈ, ਪਬਲਿਕ ਨੂੰ ਤਾਂ ਸੱਚ ਕਹਿਣਾ ਵੀ ਅਸੀਂ ਸੱਚ ਨਾਲ ਜੋੜਦੇ ਹਾਂ, ਸਤਸੰਗ ਕਰਾਉਂਦੇ ਹਾਂ। ਸੱਚ ਨੂੰ ਖੁਦ ਵੀ ਨਹੀਂ ਜਾਣਦੇ, ਸਤਸੰਗ ਖੁਦ ਵੀ ਨਹੀਂ ਕਰਨਾ ਚਾਹੁੰਦੇ, ਸੱਚ ਨਾਲ ਖੁਦ ਵੀ ਨਹੀਂ ਜੁੜਨਾ ਚਾਹੁੰਦੇ। ਜੇ ਸਤਸੰਗ ਨਾ ਕਹਿਣ ਤਾਂ ਮੱਖੀਆਂ ਕਿੱਥੋਂ ਹੋਣ, ਮਿੱਠਾ ਮਿੱਠਾ ਨਾ ਹੋਵੇ ਤਾਂ ਮੱਖੀ ਕਿੱਥੋਂ। ਕੁਛ ਮਿੱਠਾ ਲਾਲਚ ਰੱਖਦੇ ਨੇ ਤਾਂ ਲੋਕ ਆਉਂਦੇ ਨੇ, ਤਾਂ ਉਹਨਾਂ ਨੂੰ ਫਸਾਉਂਦੇ ਨੇ, ਸ਼ਿਕਾਰ ਕਰਦੇ ਨੇ। ਇਸ ਕਰਕੇ ਇਹ ਮਤਾਂ ਸੰਸਾਰ ਦੀ ਸਾਰੀਆਂ ਹੀ ਤਿਆਗਣੀਆਂ ਪੈਣੀਆਂ ਨੇ ਜੇ ਕਿਸੇ ਨੇ ਸੱਚ ਪ੍ਰਾਪਤ ਕਰਨਾ, ਖਸਮ ਨਾਲ ਜੁੜਨਾ, ਸੁਹਾਗ ਕਾਇਮ ਕਰਨਾ। ਵਰਨਾ ਜੰਮਣ ਵਰਨ 'ਚ ਰਹੂਗਾ, ਜੰਮਣ ਵਰਨ ਕੱਟਿਆ ਨਹੀਂ ਜਾ ਸਕਦਾ, ਕੋਈ ਤਰੀਕਾ ਨਹੀਂ ਜੰਮਣ ਵਰਨ ਕੱਟਣ ਦਾ, ਕੋਈ ਮਤ ਕੱਟੇ ਨਹੀਂ ਰਹੀ ਜੰਮਣ ਵਰਨ। ਜੰਮਣ ਵਰਨ ਕੱਟਣ ਦੀ ਕੋਈ ਗੱਲੇ ਨਹੀਂ ਕਰ ਰਹੀ, ਪੁੰਨ ਪਾਪ ਦੀ ਗੱਲ ਕਰ ਰਹੀ ਹੈ, ਦਾਨ ਪੁੰਨ ਦੀ ਗੱਲ ਕਰ ਰਹੀ ਹੈ, ਚੰਗਾ ਆਦਮੀ ਬਣਨ ਦੀ ਗੱਲ ਕਰ ਰਹੀ ਹੈ, ਸਮਾਜਿਕ ਸੁਧਾਰ ਦੀਆਂ ਗੱਲਾਂ ਵੀ ਮਤਾਂ ਕਰ ਰਹੀਆਂ ਨੇ, ਪਰ ਆਹ ਗੱਲ ਨਹੀਂ ਕਰ ਰਹੀ। ਜਿੱਥੇ ਨਿਸ਼ਾਨਾ ਟਾਰਗੇਟ ਜੋ ਗੁਰਮਤ ਦਾ ਟਾਰਗੇਟ ਹੈ, ਜੋ ਸਾਡਾ ਆਦਮੀ ਦਾ ਜਨਮ ਦਾ ਜਨਮ ਕਿਉਂ ਲਿਆ ਅਸੀਂ, ਜੋ ਉਹ ਟਾਰਗੇਟ ਹੈ, ਉਹ ਪੂਰਾ ਕੋਈ ਮਤ ਨਹੀਂ ਕਰਾ ਰਹੀ ਸਵਾਇ ਗੁਰਮਤ। ਗੁਰਮਤ ਦੀ ਸਿਰਫ ਨਿਸ਼ਾਨਾ ਉੱਥੇ ਹੀ ਹੈ, ਗੁਰਮਤ ਨੇ ਟਾਰਗੇਟ ਆਪਣਾ ਸਿਰਫ ਇੱਕ ਰੱਖਿਆ, ਪ੍ਰਾਣੀ ਤੋਂ ਆਇਓ ਲਾਹਾ ਲੈਣ, ਲੱਗਾ ਕਿਤਕ ਪਕੜੇ ਸਭ ਮੁਕਦੀ ਚੱਲੀ ਰਹੀ, ਹੋਰ ਕੋਈ ਟਾਰਗੇਟ ਹੈ ਨਹੀਂ ਹੈ ਗੁਰਮਤ ਬਿਲਕੁਲ ਵੀ। ਬਾਕੀ ਮਤਾਂ ਦੇ ਟਾਰਗੇਟ ਆਪਣੇ ਆਪਣੇ ਨੇ, ਧੜੇਬੰਦੀ ਬਣਾਉਣੀ, ਗਿਣਤੀ ਵਧਾਉਣੀ, ਰਾਜ ਕਾਇਮ ਕਰਨੇ, ਇਹਨਾਂ ਦੇ ਟਾਰਗੇਟ ਅਲੱਗ ਨੇ। ਗੌੜੀ ਕਬੀਰ ਜੀ।